ਅੱਜ ਮਾਹੌਲ ਤੁਸੀਂ ਦੇਖ ਹੀ ਰਹੇ ਹੋ ਕਿ ਕੈਸਾ ਹੋ ਗਿਆ ਕਿ ਇੱਕ ਨੇ ਹੀ ਮਾਣ ਅੱਜ ਦੋ ਦੋ ਬਿੱਲੀਆਂ ਫਿਰਨ ਡਈਆਂ, ਮਤਲਬ ਦੋ ਦੋ ਅੱਛੀਆਂ ਮੁਲਾਜ਼ਮਾਂ ਫਿਰ ਰਹੀਆਂ। ਮੇਰੀ ਕਿਸਮਤ ਤਾਂ ਬਹੁਤ ਚੰਗੀ ਹੋਣੀ ਚਾਹੀਦੀ ਸੀ, ਪਰ ਜੇ ਇਹੀ ਦੋ ਮੁਲਾਜ਼ਮਾਂ ਕਿਤੇ ਪੂਰੀ ਡੈਡੀਕੇਸ਼ਨ ਦੇ ਨਾਲ ਇਸ ਥਾਣੇ ਦੇ ਵਿੱਚ ਆਪਣੀ ਡਿਊਟੀ ਨੂੰ ਸਮਝਦੀਆਂ, ਪਰ ਇਹ ਦੋਨੋਂ ਵਰਾਇਟੀਆਂ ਆ ਗਈਆਂ, ਮੈਂ ਇਹਨਾਂ ਦਾ ਕੀ ਕਰਾਂ, ਮੈਨੂੰ ਸਮਝ ਨਹੀਂ ਆਉਂਦੀ। ਅੱਗੇ ਇੱਕ ਨੇ ਹੀ ਮਾਣ, ਉਹਨੇ ਦੂਜੀ ਵੀ ਜੁੜ ਗਈ ਹੈ, ਉੱਤੋਂ ਸਾਡੇ DSP ਸਾਹਿਬ ਹੈ, ਦੇਖ ਲਓ ਬੰਦਾ ਭੰਗੜੇ ਦੇ ਚੱਕਰ ਦੇ ਵਿੱਚ ਹੀ, ਇੱਕ ਪ੍ਰੋਗਰਾਮ ਦੇ ਚੱਕਰ ਚ ਉਹਨੂੰ ਪੱਕਾ ਹੀ ਕਰ ਲਿਆ ਕਿ ਤੂੰ ਵੀ ਆ ਜਾਇਆ ਕਰ। ਸਾਡੀ ਦੱਸੋ ਇਹ ਥਾਣਾ ਕਿ ਪੈਲਸ ਹੈ, ਕੋਈ ਵੀ ਆ ਜਾਵੇ। ਹਾਂ, ਸਾਡੀ ਡੈਡੀਕੇਸ਼ਨ ਘੱਟ ਹੈ, ਮੰਮੀ ਕੇਸ਼ਨ ਜ਼ਿਆਦਾ ਹੈ। ਵਾਹ ਵਾਹ, ਦਫਾ ਜਾ ਯਾਰ। ਹਾਂ, ਹੁਣ ਚਾਹੀ ਕੀ ਹੈ, ਤੇਰਾ ਮਨ ਹੈਗਾ ਇੱਥੇ ਕੰਮ ਕਰਨ ਨੂੰ? ਸਰ, ਮੈਨੂੰ ਤਾਂ ਬਹੁਤ ਪਸੰਦ ਆਇਆ। ਕੀ ਪਸੰਦ? ਮਜ਼ਾਕਪੁਰ ਥਾਣਾ। ਅੱਛਾ, ਥਾਣਾ ਤੈਨੂੰ ਪਸੰਦ ਆਇਆ, ਪਰ ਸਾਨੂੰ ਵੀ ਅੱਛਾ ਲੱਗਾ। ਤੇ ਦੇਖ ਬੇਟਾ, ਜਿਹੜੀ ਤੇਰੀ ਸੈਲਰੀ ਆ, ਤੇਰੀ 15 ਦਿਨ ਦੀ ਸੈਲਰੀ ਆ, ਤੈਨੂੰ ਮਿਲੇਗੀ, ਇਹਦੀ ਤਾਂ ਕੱਟੀ ਗਈ ਨਾ ਫਿਰ। ਕਿਉਂ ਸਰ, ਸਾਨੂੰ ਅੱਡ ਅੱਡ ਸੈਲਰੀ ਮਿਲੇਗੀ, DSP ਸਾਹਿਬ ਨੇ ਸਾਨੂੰ ਵਾਅਦਾ ਕੀਤਾ ਹੈ। ਤੇ ਉੱਤੋਂ ਅਸੀਂ ਲਵਾਂਗੇ ਮੂੰਹ ਅੱਡ ਅੱਡ ਕੇ ਸੈਲਰੀ, ਦੇਖਿਓ। ਹਾਂਜੀ, ਓ ਜਨਾਬ, ਅੱਗੇ ਘੱਟ ਹੈ ਇੱਥੇ ਜਣੇ, ਮੈਨੂੰ ਲੱਗਾ ਕਿ ਇੱਕ ਹੋਰ ਕਰੈਕਟਰ ਪਾ ਦਾਂ ਮੈਂ। ਬਸ ਪਹਿਲਾਂ ਤਾਂ ਜੀ ਜੈ ਹਿੰਦ। ਜੈ ਹਿੰਦ ਜਨਾਬ, DSP ਸਾਹਿਬ ਦਾ ਮੈਨੂੰ ਵੀ ਫੋਨ ਆਇਆ ਸੀ। ਉਹ ਪੁੱਤਰ ਤੇਰੇ ਮਹੱਲੇ ਦਾ ਰਾਜੂ ਆ, ਜਿਹਦਾ ਨਾਂ ਤੂੰ DSP ਤੋਂ ਸੇਵ ਕੀਤਾ ਹੋਇਆ, ਉਹ ਵੀ ਮਹੱਲੇ ਦੇ ਮੁੰਡਿਆਂ ਨੂੰ ਦੱਸਣ ਵਾਸਤੇ। ਨਵੀਂ ਗੱਲ ਦੱਸ ਕੋਈ। ਜਨਾਬ ਉਹ ਕਹਿੰਦੇ ਨਾ, ਯੇ ਕਹਾਂ ਸੇ ਲਾਏ ਹੋ ਨਕਲੀ ਐਕਟਰ? ਕਿਹਦੇ ਵੱਲੋਂ? ਹਾਂਜੀ, ਕਿਹਦੇ ਵੱਲੋਂ ਕਿਹਾ? ਮੈਨੂੰ ਨਹੀਂ ਪਤਾ ਲੱਗਾ ਜੀ ਕੀ ਕਿਹਾ, ਮੈਂ ਕਿਹਾ ਛਾ ਦੇ ਕਿਸੇ ਐਕਟਿੰਗ ਉਕਟਿੰਗ ਦੀ ਗੱਲ ਕਰ ਰਹੇ ਹੋਣੇ ਜੀ। ਅੱਛਾ, ਹਾਂ ਚੱਲ ਠੀਕ ਆ ਪੁੱਤਰ, ਹੁਣ ਤੇਰੀ ਗੱਲ ਆ, ਤੂੰ ਕਹਿਤੀ ਤੇ ਮੰਨ ਲੈਣੇ, ਅਦਰਵਾਈਜ਼ ਮੈਨੂੰ ਤੇਰੇ 'ਚ ਇੰਟਰਸਟ ਕੋਈ ਨਹੀਂ। ਜਨਾਬ, ਹਾਂ ਮੈਨੂੰ ਨਹੀਂ ਆਇਆ DSP ਦਾ ਫੋਨ ਜੀ, ਸਾਰਿਆਂ ਨੂੰ ਆਇਆ ਜੀ। ਤੈਨੂੰ ਪੁੱਤਰ ਉਹਨਾਂ ਵੱਲੋਂ ਇੱਟਾਂ ਹੀ ਆਉਣੀਆਂ ਸਿੱਧੀਆਂ, ਚਲਾਉਣੀਆਂ, ਛੱਡੀਆਂ ਇੱਟਾਂ ਨਹੀਂ ਹੁੰਦੀਆਂ ਦੂਰੋਂ, ਉਹ ਆਉਣੀਆਂ। ਤੈਨੂੰ ਫੋਨ ਨਹੀਂ ਆਉਣਾ ਕਦੇ ਵੀ, ਜਾਂ ਫੋਨ ਉਹਨਾਂ ਦਾ ਉਦੋਂ ਹੀ ਆ ਸਕਦਾ ਤੇਰੇ ਕੋਲ ਜਦੋਂ ਤੂੰ ਆਪ ਚੁੱਕ ਲਵੇ ਉੱਥੇ। ਹੱਸੇ ਵਾਲੀ ਗੱਲ ਹੀ ਹੋਏ। ਜਾਂ ਫਿਰ ਸਰ, ਜਦੋਂ ਉਹਨਾਂ ਦਾ ਇਨਕਾਊਂਟਰ ਕਰਨ ਨੂੰ ਦਿਲ ਕਰ ਰਹੇ, ਫਿਰ ਅਸੀਂ ਜੂਨੀ ਨੂੰ ਭੇਜ ਦਾਂਗੇ। ਉਹਦੇ ਨਾਲ ਕੀ ਹੋਣਾ? ਜੂਨੀ ਦਾ ਇਨਕਾਊਂਟਰ ਹੋ ਜਾਏਗਾ। ਕੁਛ ਅੱਜ ਦੀ ਗੱਲ ਨਾ ਕਰੀ, ਉਹਦੇ ਨਾਲ ਕੋਈ ਫੋਨ ਕਿੱਦਾਂ ਆਏਗਾ DSP ਸਾਹਿਬ ਦਾ? ਇਹ ਵੀ ਗੱਲ ਹੈ ਸਰ, ਇਹੀ ਗੱਲ ਹੀ, ਤੂੰ ਕੋਈ ਹੋਰ ਬਣਾਈ ਹੈ ਉੱਤੋਂ ਦੀ, ਗੱਲਾਂ ਮਾਰਦੇ ਹੋ ਤੁਸੀਂ। ਹਾਂਜੀ ਸਰ, ਬਾਰੀ ਬਰਸੀ ਕੱਢਣ ਗਈ ਸੀ, ਬਾਰੀ ਬਰਸੀ ਕੱਢਣ ਗਈ ਸੀ, ਜਦੋਂ ਮੈਂ ਕੱਟਣ ਤੀ ਆਈ ਹੈ ਪੂਰੀ। ਅੱਛਾ, ਜਦੋਂ ਮੈਂ ਕੱਟਣ ਗਈ ਨਾ ਸਰ, ਮੰਮੀ ਨੇ ਫੜਾਇਆ ਕੂੜਾ, ਉਹ ਮੈਂ ਸੁੱਟਤਾ। ਤੇ ਮੰਮੀ ਨੂੰ ਤੂੰ ਪੁੱਛਿਆ ਨਹੀਂ ਕਿ ਮੰਮੀ ਕੂੜੇ ਨੂੰ ਕੂੜਾ ਫੜਾਉਣ ਦਾ ਕੀ ਫਾਇਦਾ? ਨਹੀਂ ਸਰ, ਮੈਨੂੰ ਫੜਾਇਆ ਸੀ ਉਹੀ ਗੱਲ ਕਹੀ ਹੈ ਮੰਮੀ ਨੇ। ਕੂੜੇ ਨੂੰ ਕੂੜਾ ਸੁੱਟਦਾ ਪਹਿਲੀ ਵਾਰੀ ਦੇਖਿਆ ਮੈਂ। ਅੱਛਾ, ਹਾਂਜੀ, ਬਾਰੀ ਬਰਸੀ ਕੱਢਣ ਗਈ ਸੀ, ਬਾਰੀ ਬਰਸੀ ਕੱਢਣ ਗਈ ਸੀ, ਜਦੋਂ ਕੱਟਣ ਗਈ ਨਾ, ਮੰਮੀ ਨੇ ਫੜਾਇਆ ਕੂੜਾ, ਉਹ ਮੈਂ ਸੁੱਟਤਾ। ਸ਼ੁਕਰ ਹੈ ਮੈਨੂੰ ਲੱਗਾ ਉਹ ਵੀ ਕਹਿਣਗੇ ਉਹ ਮੈਂ ਖਾ ਗਈ। ਨਹੀਂ, ਜ਼ਿਆਦਾਤਰ ਬੋਲੀ ਚ ਪਾ ਦਿੰਦੀ ਹੁੰਦੀ ਉਹ ਮੈਂ ਖਾ ਗਈ। ਹਾਂਜੀ, ਅੱਛਾ, ਉਹ ਮੈਂ ਸੁੱਟਤਾ। ਅੱਛਾ, ਸ਼ੁਕਰ। ਬੁਰਾ ਹਾਲ ਹੋਇਆ ਨਹੀਂ ਜੱਟਾਂ ਦੇ ਪੁੱਤ ਦਾ, ਨਹੀਂ ਜੱਟਾਂ ਦੇ ਪੁੱਤ ਦਾ, ਬੁਰਾ ਹਾਲ ਹੋਇਆ ਨਹੀਂ ਜੱਟਾਂ ਦੇ ਪੁੱਤ ਦਾ, ਨਹੀਂ ਜੱਟਾਂ ਦੇ ਪੁੱਤ ਦਾ। ਮਾਰੀ ਵਰਜੀ ਕਰਨੀ ਹੈ ਜੀ, ਲੋੜ ਨੀ ਆ ਸਾਰਿਆਂ ਨੂੰ ਦਿਖਾਣੀ ਡਿਆ। ਮਰ 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 ਫਰਜ ਖਲੀਬਾ, ਫਰਜ ਖਲੀਬਾ। ਓਏ ਕੌਣ ਆ ਗਿਆ ਸਾਡੇ? ਅੱਜ ਦਿਨ ਕਿਹੜਾ ਭਾਈ? ਉਹ ਕਿਹੜਾ ਦਿਨ ਮੈਂ ਜੋੜਿਆ? ਪਤਾ ਨਹੀਂ ਘੜੀ ਚ ਕੌਣ ਦੇਖਦਾ ਤੈਨੂੰ, ਘੜੀ ਚ ਕੌਣ ਦੇਖਦਾ ਤੈਨੂੰ? ਹੈਂ ਓਏ, ਘੜੀ ਚ ਕੌਣ ਦੇਖਦਾ ਤੈਨੂੰ ਓਏ? ਔਰ ਉਹ ਵੀ ਘੜੀ ਜਿਹੜੀ ਤੇਰੇ ਹੈ ਹੀ ਨਹੀਂ ਹੱਥ ਤੇ। ਸਰ ਤੁਸੀਂ ਇਹਦੇ ਮਾਰੋ ਨਾ। ਇੱਕ ਮਿੰਟ ਓਏ, ਪਹਿਲੇ ਤਾਂ ਤਰਾ ਨਾ ਕੱਢ, ਇਹ ਹੈ ਕੌਣ? ਅੱਜ ਕਿਹੜਾ ਦਿਨ ਆ? ਕੀ ਕੀ ਹੋ ਰਿਹਾ ਮੇਰੇ ਥਾਣੇ ਦੇ ਵਿੱਚ? ਫਿਰ ਉਹੀ ਪੁੱਛ ਰਹੇ ਹੋ ਜੀ? ਹੈਂ, ਫਿਰ ਉਹੀ ਪੁੱਛ ਰਹੇ ਹੋ ਤੁਸੀਂ? ਦੱਸ ਫਿਰ ਕਿਹੜਾ ਦਿਨ ਅੱਜ? ਉਹ ਤਾਂ ਨਹੀਂ ਯਾਦ ਤੈਨੂੰ? ਸੰਡੇ ਮੰਡੇ ਟਿਊਸਡੇ ਵੈਨਸਡੇ ਚ ਕੁਛ ਹੁੰਦਾ ਨਹੀਂ। ਤੇ ਇਹਨਾਂ ਤੋਂ ਬਾਹਰ ਵੀ ਹੋਇਆ ਕੁਛ ਕਦੀ ਜ਼ਿੰਦਗੀ? ਦੇ ਜਵਾਬ ਹੁਣ। ਸੌਰੀ, ਉਹਦੀ ਸੁਣ ਲਓ ਜੀ। ਉਹ ਠਹਿਰ ਜੋ, ਕੀ ਹੋ ਗਿਆ ਤੁਹਾਨੂੰ? ਉਹਦੀ ਸੁਣ ਲਓ ਜੀ। ਇਹ ਕੀ ਮੱਛੀ ਬਾਜ਼ਾਰ ਹੈ? 92 ਜੀ ਜਾਏਗਾ ਬਾਹਰ ਜੀ, 92 ਜੀ। ਤੈਨੂੰ ਪਤਾ ਉਹਦੀ ਹੈ 96 ਜਿੰਨੀ ਔਕਾਤ? 94 ਜੀ। ਹਾਂਜੀ ਹਾਂਜੀ ਭਾਜੀ, ਕੀ ਲੜਿਆ ਤੁਹਾਨੂੰ? ਆਮ ਜੈਕਸਨ ਮੂਸੇਵਾਲਾ। ਹੈਂ, ਜੈਕਸਨ ਮੂਸੇਵਾਲਾ? ਉਹ ਯਾਰ, ਸਿੱਧੂ ਮੂਸੇਵਾਲਾ ਤੇ ਸੁਣਿਆ ਸੀ, ਜੈਕਸਨ ਮੂਸੇਵਾਲਾ ਵੀ ਨਿਕਲਿਆ? ਯੈਸ। ਇਹ ਤੁਸੀਂ ਕਿੱਥੋਂ? ਮੂਸੇ ਤੋਂ। ਜੈਕਸਨ ਮੂਸੇਵਾਲਾ? ਯੈਸ। ਤੇ ਕਿੱਥੋਂ ਆਏ, ਕਿੱਥੋਂ ਤੁਸੀਂ? ਯੁਗਾਂਡਾ।
ਹੈ ਯੁਗਾਂਡਾ ਇਹ ਮੂਸੇ ਚ ਪੈਂਦਾ ਨਹੀਂ ਦੇਹਰਾਦੂਨ ਦੇਹਰਾਦੂਨ ਦੇ ਵਿੱਚ ਇੱਦਾਂ ਦਾ ਯੁਗਾਂਡਾ ਹੈਗਾ ਜਿੱਥੇ ਤੁਹਾਡੇ ਵਰਗੇ ਬੰਦੇ ਹੁੰਦੇ ਆ ਤੇਰੇ ਮੂੰਹ ਤੇ ਮੈਂ ਆਂਡਾ ਰੱਖ ਕੇ ਪੋੜ ਦੇਣਾ ਉਹਦਾ ਮੈਂ ਆਮਲੇਟ ਬਣਾ ਕੇ ਤੈਨੂੰ ਖਵਾਉਣਾ ਮੁੜ ਕੇ ਚੱਕਾ ਦਿੰਗ ਚੱਕਾ ਦਿੰਗ 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 ਇੱਕ ਮਿੰਟ ਭਾਜੀ ਤੁਸੀਂ ਥੋੜਾ ਹੌਸਲਾ ਕਰੋ ਪਹਿਲੇ ਤਾਂ ਮੈਨੂੰ ਸਮਝਾਓ ਕਿ ਤੁਸੀਂ ਆਈਟਮ ਕੀ ਹੋ ਕਿਉਂਕਿ ਤੁਹਾਨੂੰ ਦੇਖ ਕੇ ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਗਾਣੇ ਗਾਉਂਦੇ ਹੋ ਜਾਂ ਕੀ ਕੀ ਕਰਦੇ ਕੀ ਤੁਸੀਂ ਮੇਰਾ ਗਾਣਾ ਸੁਣ ਕੇ ਤੁਹਾਨੂੰ ਪਤਾ ਲੱਗ ਜਾਏ ਓਕੇ ਅੱਖਾਂ ਉੱਤੇ ਰਹਿੰਦਾ ਹੈ ਪੁਰਾਡਾ ਸੱਜਣਾ ਅਸੀਂ ਟਾਈਮ ਚੱਕਦੇ ਆ ਤੁਹਾਡਾ ਸੱਜਣਾ ਤੇਰੇ ਪਿੱਛੇ ਸਾਕ ਛੱਡ ਆਈ 40 ਕੁੜੀ ਘੁੰਮਦੀ ਆ ਪੈਂਟ ਵਿੱਚ ਕਾਲੀ ਪੁਰਾਡਾ ਅੱਖ ਲਾ ਕੇ ਵੇਖ ਲੈ ਪੁਰਾਡਾ ਅੱਖਾਂ ਲਾ ਕੇ ਵੇਖ ਲੈ ਮੈਨੂੰ ਗੱਲ ਨਹੀਂ ਸਮਝ ਆਈ ਬਲੈਕ ਬੋਏ ਉਹ ਭਰਾਵਾ ਪਤਾ ਹੈ ਤੂੰ ਕੀ ਛੇੜ ਪਾ ਦੇਣੀ ਆਪਣੀ ਆਮਾ ਬਲੈਕ ਬੋਏ ਇਹ ਦੱਸਣ ਦੀ ਕੀ ਲੋੜ ਆਮਾ ਬਲੈਕ ਬੋਏ ਪਰ ਮੈਨੂੰ ਇਹ ਗੱਲ ਨਹੀਂ ਸਮਝ ਆਈ ਭਾਈ ਤੁਹਾਡੀ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਆ ਸਿੱਧੂ ਮੂਸੇ ਵਾਲਾ ਸਾਹਿਬ ਦਾ ਤੁਹਾਡੇ ਨਾਲ ਮੂਸੇ ਵਾਲਾ ਕਿੱਦਾਂ ਲੱਗਾ ਦੈਟਸ ਵਾਈ ਸਮ ਕੰਗ੍ਰੈਚੁਲੇਸ਼ਨ power bank hana power bank exactly right. motherboard is also giving every induction of the life and chota furj khalifa yaar oye pehli gal te furj khalifa hunda hi koi cheez nahi furj khalifa hunda bujurg khalifa hunda bujurg oh bujurg khalifa nahi furj khalifa nahi nahi furj khalifa hunda ji bahut purana ho gaya na bujurg ho gaya te tu odi poti ban ja ohnu kehnu god le la furj khalifa di ਉਹ ਭਰਾਵਾ ਪਹਿਲੀ ਗੱਲ ਕੀ ਤੂੰ ਆਇਆ ਕੀ ਲੈਣ ਹੈ ਤੂੰ ਕੀ ਨਾਂ ਦੱਸਿਆ ਆਪਣਾ ਐਮ ਬਲੈਕ ਬੋਏ ਉਹ ਆ ਗਿਆ ਓਏ ਤੂੰ ਛੋਟਾ ਬੋਏ ਆ ਐਮ ਕਾਲੂ ਮੁੰਡਾ ਇੱਥੇ ਤੱਕ ਪੰਜਾਬੀ ਇਹਦਾ ਵੀ ਵੈ ਪੰਜਾਬੀ ਚ ਇਹੀ ਬਣਦਾ ਤੁਹਾਡਾ ਆਮ ਕਾਲੂ ਮੁੰਡਾ ਐਮ ਕਾਲੂ ਮੁੰਡਾ ਨਹੀਂ ਬਲੈਕ ਫਰ ਇੰਗਲਿਸ਼ ਚਾਹਨਾ ਆਮ ਬਲੈਕ ਬੋਏ ਨਹੀਂ ਅੱਛਾ ਵੀ ਤੁਹਾਡਾ ਐਕਸੈਂਟ ਅੱਛਾ ਤਾਂ ਅੱਛਾ ਤੁਸੀਂ ਕੀ ਸਿੰਗਰ ਹੋ ਯੈਸ ਸਭ ਦਾ ਉਹਨਾਂ ਤੇ ਹੀ ਸਭ ਹੁਣ ਕੀ ਹੋਇਆ ਮਾਈ ਦਾ ਕੀ ਹੈ ਜੀ ਮਾਈ ਮਾਈ ਨੇ ਜਿੱਤੇ ਸ਼ੁਰੂਆਤ ਦਿੱਤਾ ਉਹ ਸਹੀ ਹੈ ਸਭ ਉਹ ਗੱਲ ਸੁਣ ਓਏ ਐਕਸਕਿਊਜ਼ ਮੀ ਪਤਾ ਫੋਨ ਕਰਕੇ ਪਤਾ ਕਰ ਕਿ ਕੋਈ ਇਦਾਂ ਦੀ ਚੀਜ਼ ਮਜ਼ਾਕ ਉਠਾਣੇ ਉਤਰੀ ਹੈ ਜਿਹੜੀ ਮਤਲਬ ਦੇਖਣ 'ਚ ਅਜੀਬ ਜੀ ਹੋਵੇ ਤੇ ਆਪਣੇ ਆਪ ਨੂੰ ਸਿੰਗਰ ਕਰ ਕਹਿੰਦੀ ਹੋਵੇ ਠੀਕ ਹੈ ਠੀਕ ਹੈ ਐਕਸਕਿਊਜ਼ ਮੀ ਉਹ ਸਿਰ ਫੜਾਈ ਪੁੱਤਰ ਬਹੁਤ ਲੱਗੇ ਆ ਗਿਆ ਤੂੰ ਇਹ ਦਿਖਾਇਓ ਜੀ ਉਹਦੇ ਫੜਾਓ ਜੀ ਮੇਰਾ ਪਰਾਡਾ ਓਏ ਪੁੱਤਰ ਇਹ ਉੱਥੇ ਆਮਾ ਚਿੱਟਾ ਬੁਆਏ ਵਾਹ ਵਾਹ ਦੇਖੋ ਐਡੇ ਵੱਡੇ ਮੂੰਹ ਤੇ ਐਨਕਾਂ ਕਿੱਦਾਂ ਦੀ ਲੱਗ ਰਹੀਆਂ ਪੁੱਤਰ ਅੱਜ ਹੀ ਪਤਾ ਲੱਗਣ ਡਿਆ ਜਿੱਦਾਂ ਤੇਰਾ ਮੋਤੀ ਦਾ ਆਪਰੇਸ਼ਨ ਹੋਇਆ ਵਾਪਸ ਕਰ ਇਹਨੂੰ ਐਦਾਂ ਲੱਗਦਾ ਜੀ ਜਿੱਦਾਂ ਦਾ ਮੂੰਹ ਆ ਨਾ ਮੂੰਹ ਦੇ ਹਿਸਾਬ ਨਾਲ ਕੱਦ ਰੁਕ ਗਿਆ ਐ ਨਹੀਂ ਲੱਗਦਾ ਪਿਆ ਕਿ ਜਿੱਦਾਂ ਡੱਡੂ ਨੇ ਗ੍ਰੈਜੂਏਸ਼ਨ ਕਰ ਲਈ ਹੁੰਦੀ ਤੇ ਬਸ ਅੱਗੇ ਉਹਨੇ ਹੁਣ ਲਾਅ ਦੇ ਪੇਪਰ ਭਰਨੇ ਐ ਨਹੀਂ ਲੱਗਦਾ ਜੀ ਤੁਹਾਨੂੰ ਵੀ ਇਹ ਕਰਲੀਆਂ ਦੇ ਨੌਂ ਤੇ ਨੌਂ ਪਲ ਚਲਾਉਂਦਾ ਹੈ ਯਾਰ ਇੱਕ ਮਿੰਟ ਮੈਨੂੰ ਗੱਲ ਯਾਦ ਆਈ ਹੁਣੇ ਤੇ ਤੂੰ ਕੋਈ ਬਾਹਰ ਦੇ ਐਕਸੈਂਟ ਚ ਗੱਲ ਕਰਨ ਡੇ ਹੁਣੇ ਤੂੰ ਮੱਲੇ ਵਾਲੇ ਐਕਸੈਂਟ ਚ ਆ ਗਿਆ ਦੇਖੋ ਜੀ ਮੈਂ ਡਾਊਨ ਟੂ ਅਰਥ ਰਹਿਣਾ ਅੱਛਾ ਗਿਆ ਤਾਂ ਮੈਂ ਇਸੇ ਮਿੱਟੀ ਚੋਂ ਓਹੋ ਇਸੇ ਮਿੱਟੀ ਵਾਂਗ ਦੇਖੋ ਮੈਂ ਔਰ ਇਹ ਮੈਨੂੰ ਅੱਛੇ ਲੱਗਦੇ ਕਲਾਕਾਰ ਜਿਹੜੇ ਆਪਣੀ ਮਿੱਟੀ ਦੇ ਨਾਲ ਜੁੜੇ ਰਹਿੰਦੇ ਹੁਣ ਕਿਹਾ ਆਪਣੀ ਮਿੱਟੀ ਚੋਂ ਗਿਆ ਇੰਨਾ ਜ਼ਿਆਦਾ ਮਿੱਟੀ ਨਾਲ ਪਿਆਰਾ ਹਜੇ ਵੀ ਮਿੱਟੀ ਨਹੀਂ ਝੜੀ ਇਹਨਾਂ ਤੋਂ ਪੂਰੀ ਤਰ੍ਹਾਂ ਮਤਲਬ ਪਿਆਰ ਹੈ ਮਿੱਟੀ ਤੁਸੀਂ ਕਾਲੀ ਮਿੱਟੀ 'ਚ ਰਹਿੰਦੇ ਨੇ ਵੈਸੇ ਓਏ ਇਹੋ ਜਿਹੀ ਮਿੱਟੀ ਹੈ ਵੀ ਨਹੀਂ ਇੱਥੇ ਇੰਡੀਆ ਦੇ ਵਿੱਚ ਨਹੀਂ ਖਾਕੀ ਮਿੱਟੀ 'ਚ ਖਾਕੀ ਮਿੱਟੀ 'ਚ ਜੀ ਓਹੋ ਖਾਕੀ ਰੰਗ ਨੇ ਮੈਨੂੰ ਲੱਗਦਾ ਜੀ ਕੋਲੇ ਦੇ ਖਾਨ ਚੋਂ ਨਿਕਲੇ ਹੋ ਹੈ ਕੋਲੇ ਦੇ ਖਾਨ ਚੋਂ ਨਿਕਲੇ ਆ ਪੁੱਤਰ ਇੱਕ ਇਦਾਂ ਦੀ ਗੱਲ ਕੀਤੀ ਤੂੰ ਕੋਲੇ ਦੀ ਖਾਨ ਚੋਂ ਕਿੱਦਾਂ ਨਿਕਲ ਸਕਦਾ ਹੋ ਲੱਗਦਾ ਇਹੋ ਜਿਹੀ ਆਡਮਾ ਪੱਠੇ ਚੋਂ ਨਿਕਲਦੀ ਐ ਤਾਂ ਉਹ ਸਮਝ ਨਹੀਂ ਆਉਂਦੀ ਤੈਨੂੰ ਹਾਂਜੀ ਕੀ ਕਹਿ ਰਹੇ ਤੁਸੀਂ ਓਏ ਸੌਰੀ ਨੀਚੇ ਪਾਉਣਾ ਭੁੱਲ ਗਿਆ ਸੀ ਕੋਈ ਚੱਕਿਆ ਨਹੀਂ ਗਿਆ ਸਟੈਪ ਉਹ ਬੰਦ ਆ
ਬੱਤੀ ਨੀ ਨਾ ਅਸੀਂ ਕਾਲੇ ਰਹਿ ਗਏ ਫਿਰ ਤੈਨੂੰ ਸਵੇਰੇ ਉੱਠਦੀ ਹੈ ਜੋ ਗੱਲ ਦਿਮਾਗ ਚ ਆਈ ਸਿੱਧੀ ਸਿੱਧੀ ਲਿਖ ਲਈ ਉਹਨੂੰ ਇੰਜ ਇੰਜ ਕਰਕੇ ਹੱਥ ਝਾੜ ਕੇ ਗਾਤਾ ਰੈਪ ਬਣ ਗਿਆ। ਇੱਕ ਵਾਰੀ ਤਾਂ ਮੈਂ ਨਾ ਜੀ ਰੋਟੀ ਤੋਂ ਤਰਫਿਆ ਤੇਰੇ ਕੰਮ 25 ਹੈ ਕੰਮ 25 ਹੈ ਚੱਲ ਲੱਗੇ 25 50 ਹੁੰਦੇ ਆ ਜੀ ਤੇ ਕੀ ਕਹਾਂ ਕੰਮ 50 ਹੈ। ਅੱਛਾ ਮੈਂ ਇੱਕ ਤੁਹਾਨੂੰ ਗੱਲ ਪੁੱਛਣਾ ਚਾਹਣਾ ਹਾਂ 80 ਤੇ 90 ਕਿੰਨੇ ਹੁੰਦੇ ਹੈ 80 ਤੇ 90 ਕਿੰਨੇ ਹੁੰਦੇ 80 ਹੁੰਦੇ 90 ਹੁੰਦੇ ਅੱਛੀ 90 ਗੱਲ ਠੀਕ 80-90 100 ਹੁੰਦੇ ਆ ਅਕੜ ਬੱਕੜ ਬੰਬੇ ਬੋ 80-90 ਪੂਰੇ 100 ਪੁੱਤਰ ਮੈਨੂੰ ਇਸ ਸਾਰੀ ਗੱਲ ਚੋਂ ਸਿਰਫ ਬੋ ਵਾਲੀ ਗੱਲ ਜ਼ਿਆਦਾ ਪ੍ਰਭਾਵਿਤ ਕੀਤੀ ਕਿਉਂਕਿ ਉਹੀ ਆ ਰਹੀ ਤੇਰੇ ਲਾਗੋ।